ਇਹ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ। ਇਸ ਦੇ ਵਿਚਾਲੇ ਸਿੱਖ ਜਥੇਬੰਦੀਆਂ ਤੇ ਮੇਲਾ ਪ੍ਰਬੰਧਕਾਂ ਦੇ ਵਿਚਾਲੇ ਆ ਟਕਰਾਅ ਹੋਇਆ ਹੈ। ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ ਉਸ ਸਥਿਤੀ, ਹਾਲਾਂਕਿ ਤਸਵੀਰਾਂ ਵੀ ਵੇਖੀਆਂ ਜਾ ਸਕਦੀਆਂ ਨੇ ਕਿ ਹੱਥਾਂ 'ਚ ਜੋ ਨਿਹੰਗ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਤਲਵਾਰਾਂ ਵੀ ਫੜੀਆਂ ਗਈਆਂ ਨੇ। ਇੱਕ ਗੱਡੀ ਹੈ ਉਸ 'ਤੇ ਤਲਵਾਰਾਂ ਨਾਲ ਹੀ ਅਟੈਕ ਕੀਤਾ ਜਾ ਰਿਹਾ। ਪੁਲਿਸ ਮੁਲਾਜ਼ਮ ਵੀ ਉੱਥੇ ਵੱਡੀ ਤਾਦਾਦ 'ਚ ਵੇਖੇ ਜਾ ਸਕਦੇ ਨੇ। ਅਤੇ ਇਸ ਪੂਰੀ ਖੂਨੀ ਝੜਪ 'ਚ ਦੱਸ ਦਈਏ ਕਿ SHO ਬਲਵਿੰਦਰ ਸਿੰਘ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਹਾਲਾਂਕਿ ਗੱਡੀ ਨਜ਼ਰ ਆ ਰਹੀ ਹੈ, ਗੱਡੀ ਦਾ ਦਰਵਾਜ਼ਾ ਖੋਲਦੇ ਹੋਏ ਸਿੱਖ ਜਥੇਬੰਦੀਆਂ ਵੇਖੀਆਂ ਜਾ ਸਕਦੀਆਂ ਨੇ। ਇਸ ਦੇ ਵਿਚਾਲੇ ਤਲਵਾਰਾਂ ਉਹਨਾਂ ਦੇ ਹੱਥਾਂ ਵਿੱਚ ਫੜੀਆਂ ਹੋਈਆਂ ਨੇ। ਵੱਡੀ ਤਾਦਾਦ 'ਚ ਜੋ ਹੈ ਟਕਰਾਅ ਵਾਲੀ ਸਥਿਤੀ ਬਣ ਗਈ ਹੈ। ਵੱਡੀ ਤਾਦਾਦ ਸੰਗਤ ਉੱਥੇ ਮੌਜੂਦ ਹੈ ਅਤੇ ਜੋ ਕਮੇਟੀ ਦੇ ਮੈਂਬਰਸ ਨੇ ਉੱਥੇ ਵੱਡੀ ਤਾਦਾਦ 'ਚ ਮੌਜੂਦ ਸੀਗੇ। ਇਸ ਦੇ ਵਿਚਾਲੇ ਜੋ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਕਮੇਟੀ ਮੈਂਬਰਾਂ ਦਾ ਘਿਰਾਅ ਕੀਤਾ ਗਿਆ। ਹੱਥਾਂ 'ਚ ਤਲਵਾਰਾਂ ਡੰਡੇ ਫੜੇ ਹੋਏ ਨੇ। ਪੁਲਿਸ ਮੁਲਾਜ਼ਮ ਵੇਖੇ ਜਾ ਸਕਦੇ ਨੇ। ਹਾਲਾਂਕਿ ਗੱਡੀ ਦਾ ਜੋ ਦਰਵਾਜ਼ਾ ਹੈ ਜ਼ਬਰਦਸਤੀ ਖੋਲਣ ਦੀ ਕੋਸ਼ਿਸ਼ ਹੈ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਅਤੇ ਇਸ ਪੂਰੀ ਟਕਰਾਅ 'ਚ ਖੂਨੀ ਟਕਰਾਅ 'ਚ ਦੱਸਦੇ ਕਿ SHO ਬਲਵਿੰਦਰ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਮੇਰੇ ਨਾਲ ਮੇਰੇ ਸਹਿਯੋਗੀ ਸਿਧਾਰਥ ਅਰੋੜਾ ਫੋਨ ਲਾਈਨ ਤੇ ਮੌਜੂਦ ਨੇ। ਸਿਧਾਰਥ, ਤਰਨ ਤਾਰਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਖੂਨੀ ਝੜਪ ਜਾਣਨਾ ਚਾਹਾਂਗੇ ਕਿ ਟਕਰਾਅ ਵਾਲੀ ਸਥਿਤੀ ਕਮੇਟੀ ਮੈਂਬਰਸ ਤੇ ਸਿੱਖ ਜਥੇਬੰਦੀਆਂ ਦੇ ਵਿਚਕਾਰ ਆਖਿਰ ਕਿਉਂ ਬਣੀ, ਵਜ੍ਹਾ ਕੀ ਰਹੀ? ਬਿਲਕੁਲ, ਗੱਲ ਕੀਤੀ ਜਾਵੇ ਤਾਂ ਜਿਹੜਾ ਸਰਹੱਦੀ ਖੇਤਰ ਹੈ ਪਹੂ ਪਿੰਡ ਸਾਹਿਬ ਤੇ ਗੁਰਦੁਆਰਾ ਬਾਬਾ ਦੀਪ ਸਿੰਘ ਸਥਾਨ ਤੇ ਜਿਹੜਾ ਇੱਕ 26 ਜਨਵਰੀ ਨੂੰ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਉੱਥੇ ਇੱਕ ਜਿਹੜੀ ਹੈ ਸਭ ਤੋਂ ਪਹਿਲਾਂ ਕਮੇਟੀ ਵੱਲੋਂ ਇੱਕ ਵੀਡੀਓ ਜਿਹੜੀ ਹੈ ਉੱਥੇ ਵਾਇਰਲ ਹੋਈ ਹੈ, ਜਿਸ ਦੇ ਵਿੱਚ ਕੁਝ ਯੁਵਕ ਜਿਹੜੇ ਸੀ ਉੱਥੇ ਬੈਠੇ ਹੋਏ ਸੀ ਔਰ ਜੁੱਤੀਆਂ ਪੋਲਿਸ਼ ਕਰ ਰਹੇ ਸੀ ਔਰ ਉਹਨਾਂ ਵੱਲੋਂ ਇੱਕ ਸੰਤ ਭਿੰਡਰਾਂਵਾਲਿਆਂ ਦੀ ਜਿਹੜੀ ਹੈ ਤਸਵੀਰ ਰੱਖੀ ਗਈ ਸੀ, ਜਿਸ ਨੂੰ ਲੈ ਕੇ ਇਸਦਾ ਕਮੇਟੀ ਗੁਰਦੁਆਰਾ ਪਹੂ ਪਿੰਡ ਸਾਹਿਬ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਔਰ ਤਸਵੀਰ ਨੂੰ ਹਟਾਇਆ ਗਿਆ, ਜਿਸ ਦੀਆਂ ਵੀਡੀਓ ਜਿਹੜੀਆਂ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸੀ। ਉਸ ਤੋਂ ਬਾਅਦ ਜਦ ਇਹ ਗੱਲ ਵਧੀ ਤਾਂ 27 ਤਰੀਕ ਨੂੰ ਜਦ ਕੱਲ੍ਹ ਜਦੋਂ ਇਹ ਮੰਗ ਪੱਤਰ ਦੇਣ ਲਈ ਉੱਥੇ ਆਏ ਤਾਂ ਉੱਥੇ ਜਿਹੜਾ ਹੈ ਕੁਝ ਜਥੇਬੰਦੀਆਂ ਵਿੱਚ ਕਮੇਟੀ ਮੈਂਬਰਾਂ ਵਿੱਚ ਝੜਪ ਜਿਹੜੀ ਹੈ ਦਿਖਾਈ ਹੋ ਗਈ, ਜਿਸ ਨੂੰ ਪੁਲਿਸ ਨੇ ਉੱਥੇ ਸ਼ਾਂਤ ਕਰਵਾਇਆ। ਹਾਲਾਂਕਿ ਕੁਝ ਵਿਅਕਤੀ ਹੀ ਜ਼ਖਮੀ ਹੋਏ ਨੇ ਫਿਲਹਾਲ। ਪੁਲਿਸ ਵੱਲੋਂ ਵੀ ਇਸਦੀ ਗੱਡੀ ਵੇਖੀ ਜਾ ਸਕਦੀ ਹੈ। ਜਾਣਨਾ ਚਾਹਾਂਗੇ ਆ ਗੱਡੀ ਕਿਸ ਦੀ ਹੈ, ਜਿਸਦਾ ਕਿ ਕਿਰਾਅ ਜੋ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਗਿਆ ਹੈ। ਉਹਨਾਂ ਦੇ ਦਰਵਾਜ਼ੇ ਜ਼ਬਰਦਸਤੀ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਪੁਲਿਸ ਮੁਲਾਜ਼ਮ ਵੀ ਵੱਡੀ ਤਾਦਾਦ 'ਚ ਉੱਥੇ ਮੌਜੂਦ ਨੇ। ਬਿਲਕੁਲ, ਜੇ ਗੱਲ ਕੀਤੀ ਜਾਵੇ ਤਾਂ SHO ਜਿਹੜੀ ਹੈ ਪਰਵਿੰਦਰ ਸਿੰਘ ਨੇ ਉਹਨਾਂ ਦੀ ਇਹ ਗੱਡੀ ਸੀ ਜਿਸ ਦੇ ਵਿੱਚ ਉਹਨਾਂ ਕਮੇਟੀ ਦੇ ਇੱਕ ਮੈਂਬਰ ਨੂੰ ਬਿਠਾਇਆ ਗਿਆ ਸੀ ਤਾਂ ਉਸ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਲੇਕਿਨ ਉਸਦਾ ਜਿਹੜਾ ਉਹਨਾਂ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਤਾਂ ਕੁਝ ਸਿੱਖ ਜਥੇਬੰਦੀਆਂ ਵੱਲੋਂ ਗੱਡੀ ਦੇ ਸ਼ੀਸ਼ੇ ਵੀ ਭੰਨੇ ਗਏ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਬਾਹਰ ਕੱਢਿਆ ਜਾਵੇ, ਲੇਕਿਨ ਫਿਰ ਵੀ ਉਹਨਾਂ ਨੂੰ ਉੱਥੋਂ ਉਹ ਕੱਢ ਕੇ ਬਾਅਦ ਵਿੱਚ ਲੈ ਗਏ। ਫਿਲਹਾਲ ਜਿਹੜਾ ਮਾਮਲਾ ਵਧਿਆ ਸੀ ਇੱਕ ਕੁਝ ਯੁਵਕਾਂ ਵੱਲੋਂ ਜਿਹੜਾ ਉੱਥੇ ਤੰਬੂ ਲਗਾ ਕੇ ਬੂਟ ਜਿਹੜੇ ਸੀ ਠੀਕ ਕੀਤੇ ਜਾ ਰਹੇ ਸੀ ਉਹਦਾ ਇੱਕ ਤੰਬੂ ਲਗਾਇਆ ਗਿਆ ਸੀ ਜਿੱਥੇ ਸੰਤ ਪਿੰਡਾਂ ਦੀ ਜਿਹੜੀ ਤਸਵੀਰ ਜਿਹੜੀ ਸੀ ਬੈਕਗਰਾਉਂਡ ਤੇ ਲਗਾਈ ਗਈ ਸੀ, ਉਸ ਨੂੰ ਲੈ ਕੇ ਸਾਰਾ ਮਾਮਲਾ ਜਿਹੜਾ ਸੀ ਇਹ ਜ਼ਿਆਦਾ ਵਧਿਆ ਸੀ ਔਰ ਫਿਲਹਾਲ ਪੁਲਿਸ ਨੇ ਇਸ ਨੂੰ ਜਿਹੜਾ ਸ਼ਾਂਤ ਕਰਵਾਇਆ ਔਰ ਕੁਝ ਸਿੱਖ ਜਥੇਬੰਦੀਆਂ ਇਸ ਦੇ ਵਿੱਚ ਪੈ ਕੇ ਜਿਹੜਾ ਹੈ ਇਸ ਨੂੰ ਜਿਹੜਾ ਹੈ ਖਤਮ ਕਰਵਾਇਆ ਗਿਆ ਜੀ। ਤੇ ਸਿਧਾਰਥ, ਮੈਂ ਤੁਹਾਡਾ ਰੁਕ ਕਰਾਂਗੀ। ਸਾਡੇ ਨਾਲ ਪ੍ਰੀਤਿੰਦਰ ਸਿੰਘ ਭਿੱਖੀਵਿੰਡ DSP ਸਾਡੇ ਨਾਲ ਜੁੜੇ ਨੇ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ। ਤਰਨ ਤਾਰਨ ਤੇ ਇੱਕ ਵੀਡੀਓ ਸਾਹਮਣੇ ਆ ਰਹੀ ਹੈ, ਗੁਰਦੁਆਰਾ ਸਾਹਿਬ ਦੇ ਬਾਹਰ ਟਕਰਾਅ ਵਾਲੀ ਸਥਿਤੀ ਹੈ ਤੇ ਜਾਣਨਾ ਚਾਹਾਂਗੇ ਕਿ ਸਿੱਖ ਜਥੇਬੰਦੀਆਂ ਤੇ ਮੇਲਾ ਪ੍ਰਬੰਧਕਾਂ ਦੇ ਵਿਚਾਲੇ ਟਕਰਾਅ ਕਿਉਂ ਹੋਇਆ? ਸਭ ਤੋਂ ਪਹਿਲਾਂ ਨਿਊਜ਼ 18 ਵੇਖਣ ਵਾਲੇ ਸਾਰੇ ਸਰੋਤਿਆਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦਾ ਜਿਹੜਾ ਜਨਮ ਦਿਹਾੜਾ ਮਨਾਇਆ ਸੀ ਉਹਦੀਆਂ ਲੱਖ ਲੱਖ ਮੁਬਾਰਕਾਂ। ਇਹ ਮਾਮਲਾ 26 ਤਰੀਕ ਦਾ ਜੀ, 26 ਤਰੀਕ ਦਾ ਮਾਮਲਾ ਜੀ। ਕੁਝ ਜਥੇਬੰਦੀਆਂ ਨੇ ਰਸਤੇ ਦੇ ਵਿੱਚ ਹੀ ਨਾ ਲਾ ਕੇ ਤੰਬੂ ਤੇ ਬੂਟ ਪੋਲਿਸ਼ ਦੀ ਸੇਵਾ ਸ਼ੁਰੂ ਕੀਤੀ ਤੇ ਪ੍ਰਬੰਧਕਾਂ ਨੇ ਕਿਹਾ ਵੀ ਆਉਣ ਜਾਣ ਵਾਲੀ ਸੰਗਤ ਨੂੰ ਜਿਹੜਾ ਇਹਦੇ ਵਿੱਚ ਅਡਚਣ ਆਉਂਦੀ ਹੈ, ਜੇ ਤੁਸੀਂ ਬੂਟ ਪੋਲਿਸ਼ ਵਾਲੀ ਟੈਂਟ ਲਾਉਣਾ ਆ ਤੇ ਜੋੜਾ ਘਰ ਦੇ ਲਾ ਕੇ ਲਾਓ ਜਿੱਥੇ ਲੋਕੀ ਸ਼ੂਜ਼ ਜਮ੍ਹਾਂ ਕਰਾਉਂਦੇ ਨੇ।
ਉਹ ਜਦੋਂ ਤੰਬੂ ਹਟਾਇਆ ਗਿਆ ਤੇ ਨੈਚੁਰਲੀ ਉੱਥੇ ਇੱਕ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਸੀ ਤੇ ਕੁਝ ਇੱਕ ਵਿਅਕਤੀਆਂ ਨੇ ਉਹਦੀ ਵੀਡੀਓ ਬਣਾ ਲਈ, ਬਲਕਿ ਉਹਨੂੰ ਜਿਹੜਾ ਨਾ ਨੈਗੇਟਿਵ ਰੁੱਖ ਦਿੱਤਾ ਗਿਆ ਵੀ ਇਹਨਾਂ ਭਿੰਡਰਾਂ ਵਾਲੇ ਦੀ ਫੋਟੋ ਉਤਰਾਈ ਹੈ, ਜਦੋਂ ਕਿ ਅਜਿਹਾ ਕੋਈ ਮਾਮਲਾ ਨਹੀਂ ਸੀ। ਸਿਰਫ ਰਸਤੇ ਦੇ ਵਿੱਚੋਂ ਜਿਹੜੇ ਬੂਟ ਪੋਲਿਸ਼ ਵਾਲਾ ਟੈਂਟ ਲੱਗਿਆ ਸੀ ਉਹਨੂੰ ਪਾਸੇ ਹਟਾਉਣ ਦਾ ਮਾਮਲਾ ਸੀ। ਉਸੇ ਦਿਨ ਹੀ ਜਿਹੜਾ ਇਹ ਮੈਟਰ ਹੈ ਨਾ, ਸਿੱਖ ਸੰਗਤਾਂ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਹਨੂੰ ਸੌਟ ਆਊਟ ਕਰ ਦਿੱਤਾ ਗਿਆ ਸੀ। ਕੱਲ ਫੇਰ ਕੁਝ ਸਿੱਖ ਜਥੇਬੰਦੀਆਂ ਉਸੇ ਵੀਡੀਓ ਨੂੰ ਵੇਖ ਕੇ ਉਹਦੀ ਮਤਲਬ ਕਿ ਉਹਨੂੰ ਵੈਰੀਫਿਕੇਸ਼ਨ ਕੀਤੇ ਬਿਨਾਂ ਹੀ ਗੁਰਦੁਆਰਾ ਸਾਹਿਬ ਆਈਆਂ। ਉਹਨਾਂ ਨੇ ਇੱਕ ਮੰਗ ਪੱਤਰ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਤੇ ਪੁਲਿਸ ਪ੍ਰਸ਼ਾਸਨ ਨੇ ਮੰਗ ਪੱਤਰ ਲੈ ਕੇ ਤੇ ਉਹਨਾਂ ਨੂੰ ਭਰੋਸਾ ਦਵਾਇਆ ਵੀ ਇਹਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਅਸੀਂ ਕਰਨ ਨੂੰ ਤਿਆਰ ਹਾਂ। ਜਦੋਂ ਮਤਲਬ ਕਿ ਸਿੱਖ ਸੰਗਤਾਂ ਵੀ ਤੁਰ ਪਈਆਂ ਤੇ ਉਧਰੋਂ ਜਿਹੜੇ ਪ੍ਰਬੰਧਕ ਕਮੇਟੀ ਵਾਲੇ ਵੀ ਤੁਰ ਪਏ, ਵਿੱਚ ਕੁਝ ਇੱਕ ਸ਼ਰਾਰਤੀ ਨੌਜਵਾਨ ਵਿਅਕਤੀ ਸੀ ਜਿਨ੍ਹਾਂ ਨੇ ਉਹ ਕੁਝ ਗੱਡੀ ਤੇ ਹਮਲਾ ਕਰ ਦਿੱਤਾ ਸੀ। ਪਰੰਤੂ ਉਸ ਉਪਰੰਤ ਵੀ ਅਸੀਂ ਜਿਹੜਾ ਦੋਵੇਂ ਪਾਰਟੀਆਂ ਦਾ ਬੈਠ ਕੇ ਇਸ ਮਤਲਬ ਨਾਲ ਜਿਹੜਾ ਕੰਪਰੋਮਾਈਜ਼ ਹੋ ਗਿਆ ਸੀ। ਜੀ ਪਿਤੰਦਰ ਜੀ, ਜਾਣਨਾ ਚਾਹਾਂਗੇ ਕਿ ਜੋ ਇੱਕ SHO ਪਲਵਿੰਦਰ ਸਿੰਘ ਉਹ ਇਸ ਪੂਰੀ ਘਟਨਾ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਦੱਸੇ ਜਾ ਰਹੇ ਨੇ, ਹੋਰ ਕੋਈ ਵੀ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ? ਨਹੀਂ ਜੀ, ਪਲਵਿੰਦਰ ਸਿੰਘ ਵੀ ਦੇਖੋ ਉਹਨਾਂ ਨੇ ਆਪਣੀ ਜਿਹੜੀ ਡਿਊਟੀ ਹੈ ਬੜੇ ਯੋਗ ਤਰੀਕੇ ਨਾਲ ਜਿਹੜੀ ਇੱਕ ਸਮਝਦਾਰੀ ਨਾਲ ਕੀਤੀ ਆ ਤੇ ਕਿਸੇ ਨੂੰ ਸੱਟ ਲੱਗਣ ਤੋਂ ਬਚਾਅ ਜਿਹੜਾ ਉਹਨਾਂ ਨੇ ਕੀਤਾ ਵਾ। ਇਸ ਦੌਰਾਨ ਜਦੋਂ ਕਿਤੇ ਗੱਡੀ ਦੇ ਉੱਤੇ ਹਮਲਾ ਕੀਤਾ ਸੀ, ਉਹ ਕੱਚ ਲੱਗਣ ਨਾਲ ਜਾਂ ਉਹਨਾਂ ਦੇ ਕੋਈ ਹਥਿਆਰ ਲੱਗਣ ਨਾਲ ਉਹਨਾਂ ਨੂੰ ਵੀ ਜ਼ਖਮੀ ਉਹ ਹੋ ਗਏ ਸੀ, ਪਰੰਤੂ ਉਹ ਬਿਲਕੁਲ ਠੀਕ ਹੈ। ਉਹਨਾਂ ਦੀ ਜਿਹੜੀ ਮੱਲਮ ਪੱਟੀ ਆ ਉਹ ਅਸੀਂ ਕਰਵਾ ਦਿੱਤੀ ਹੈ ਜੀ। ਤੇ ਕਿਉਂਕਿ ਮੈਟਰ ਬਹੁਤ ਹੀ ਸੰਵੇਦਨਸ਼ੀਲ ਆ, ਧਾਰਮਿਕ ਆ, ਲੋਕੀ ਵੀਡੀਓ ਨੂੰ ਵੇਖ ਕੇ ਇਹਦੀ ਮਿਸਕਨਸੈਪਸ਼ਨ ਲੈ ਕੇ ਇਹਦੇ ਤੇ ਅੱਗੇ ਅਗਾਂਹ ਚੱਲਦੇ ਨੇ, ਜਦੋਂ ਕਿ ਅਜਿਹਾ ਕੋਈ ਮਾਮਲਾ ਨਹੀਂ, ਨਾ ਕੋਈ ਇਹਦੇ ਵਿੱਚ ਕਿਸੇ ਜਥੇਬੰਦੀ ਨੂੰ ਕੋਈ ਹਾਨੀ ਪਹੁੰਚਾਉਣ ਵਾਲੀ ਗੱਲ ਆ ਤੇ ਨਾ ਹੀ ਧਾਰਮਿਕ ਵਿਸ਼ਾ ਆ, ਦੋਵਾਂ ਧਿਰਾਂ ਨੇ ਆਪਸ ਦੇ ਵਿੱਚ ਬੈਠ ਕੇ ਸਹਿਮਤੀ ਕਰ ਲਈ ਹੈ ਜੀ। ਮੇਲੇ ਦਾ ਉਹ ਵੀ ਬੜਾ ਸ਼ਾਂਤੀਪੂਰਵਕ ਬੜੇ ਸਹੀ ਤਰੀਕੇ ਨਾਲ ਹੋਇਆ ਤੇ ਜੇ ਮੈਂ ਇਸ ਮੈਟਰ ਨੂੰ ਦੇਖੋ ਬੜੇ ਤਰੀਕੇ ਨਾਲ ਹੀ ਸੁਲਝਾਉਣਾ ਪੈਂਦਾ ਕਿਉਂਕਿ ਇਹ ਧਾਰਮਿਕ ਵਿਸ਼ਾ ਸੀਗਾ ਜੀ। ਇਸ ਗੱਲ ਨੂੰ ਲੈ ਕੇ ਲੋਕੀ ਵੀਡੀਓ ਦੇਖ ਕੇ ਮਤਲਬ ਕਿ ਇਹਦੇ ਤੇ ਰਿਐਕਟ ਕਰਦੇ ਆ, ਅਸਲੀਅਤ ਤੱਕ ਨਹੀਂ ਜਾਣਨ ਦੀ ਕੋਸ਼ਿਸ਼ ਕਰਦੇ, ਅਸਲੀਅਤ ਤਾਂ ਵਿੱਚੋਂ ਕੁਝ ਹੋਰ ਨਿਕਲੀ ਆ। ਜਦੋਂ ਇਸ ਵਕਤ ਸਿੱਖ ਜਥੇਬੰਦੀਆਂ ਨੂੰ ਵੀ ਪਤਾ ਲੱਗਾ ਤੇ ਮੈਟਰ ਦੇ ਆਪਸ ਦੇ ਵਿੱਚ ਬੈਠ ਕੇ ਉਹਨਾਂ ਦੋਵਾਂ ਦਾ ਜਿਹੜਾ ਸੌਟ ਆਊਟ ਹੋ ਗਿਆ। ਪਲਵਿੰਦਰ ਜੀ, ਆਪ ਵੀ ਜਾਣਨਾ ਚਾਹੁੰਗੇ ਕਿੰਨੀਆਂ ਸਿੱਖ ਜਥੇਬੰਦੀਆਂ ਸੀਗੀਆਂ ਜਿਨ੍ਹਾਂ ਦੇ ਵੱਲੋਂ ਕਮੇਟੀ ਮੈਂਬਰਸ ਦਾ ਘਿਰਾਅ ਕੀਤਾ ਗਿਆ, ਹਾਲਾਂਕਿ ਵੱਡੀ ਤਾਦਾਦ 'ਚ ਉੱਥੇ ਜੋ ਨਜ਼ਰ ਆ ਰਹੇ ਨੇ ਲੋਕ? ਦੇਖੋ ਇਹਦੇ ਵਿੱਚ ਕੁਝ ਅਕਾਲੀ ਦਲ ਮਾਨਦੇ ਸੀਗੇ ਹਰਪਾਲ ਸਿੰਘ ਬਲੇਅਰ ਕਰਕੇ, ਕੁਝ ਸਤਿਕਾਰ ਕਮੇਟੀ ਵਾਲੇ ਸੀ, ਕੁਝ ਆਪਣਾ ਸੰਤ ਭਿੰਡਰ ਵਾਲੇ ਦੇ ਉਹਨਾਂ ਦੇ ਜਿਹੜੇ ਭਤੀਜਾ ਸਾਹਿਬ ਨੇ SGPC ਮੈਂਬਰ, ਉਹਨਾਂ ਨਾਲ ਕੁਝ ਆਏ ਵਿਅਕਤੀ ਸੀਗੇ ਤੇ ਕੁਝ ਦੇਖੋ ਵੀਡੀਓ ਵੇਖ ਕੇ, ਕਿਉਂਕਿ ਮੇਲਾ ਅਜੇ ਕੰਟੀਨਿਊ ਚੱਲ ਰਿਹਾ ਸੀਗਾ, ਮਤਲਬ ਮੇਲਾ ਅਜੇ ਸਮਾਪਤ ਨਹੀਂ ਹੋਇਆ, ਇਹ 25, 26, 27 ਤੇ 28 ਸ਼ਾਮ ਨੂੰ ਸਮਾਪਤ ਹੁੰਦਾ ਕਬੱਡੀ ਟੂਰਨਾਮੈਂਟ ਤੋਂ ਬਾਅਦ। ਉੱਥੇ ਕੁਝ ਜਿੱਦਾਂ ਲੋਕੀ ਦਰਸ਼ਨਾਂ ਨੂੰ ਵੀ ਆਉਂਦੇ ਉਹ ਵੀ ਇਕੱਠੇ ਹੋ ਗਏ ਸੀ। ਪ੍ਰੀਤਿੰਦਰ ਜੀ, ਅਸੀਂ ਕਰੰਟ ਸਿਚੁਏਸ਼ਨ ਦੀ ਗੱਲ ਕਰੀਏ ਤੇ ਤੁਸੀਂ ਪੂਰੀ ਨਿਗਰਾਨੀ ਹੇਠ ਹੈ, ਤੁਹਾਡੀ ਅੱਜ ਸਿਚੁਏਸ਼ਨ ਹੈ, ਤੁਹਾਡੀ ਨਜ਼ਰ ਹੈ? ਬਿਲਕੁਲ ਬਿਲਕੁਲ ਬਿਲਕੁਲ, ਅਸੀਂ ਪੂਰੀ ਨਿਗਰਾਨੀ ਹੇਠ ਹੀ ਰੱਖੀ ਹੋਈ ਹੈ ਗੱਲ, ਇਸੇ ਕਰਕੇ ਇਸ ਵਿਵਾਦ ਨੂੰ ਅਸੀਂ
ਮਤਲਬ ਕਿ ਸੁਚੱਜੇ ਤਰੀਕੇ ਨਾਲ ਦੋਵੇਂ ਧਿਰਾਂ ਦੇ ਜਿਹੜੇ ਵਿਅਕਤੀ ਆ ਉਹਨਾਂ ਨੂੰ ਗੱਲ ਸਮਝਾ ਕੇ ਉਹਨਾਂ ਨੂੰ ਸੌਟ ਆਊਟ ਕੀਤਾ। ਯਾਨੀ ਕਿ ਸਹਿਮਤੀ ਦੋਨਾਂ ਧਿਰਾਂ 'ਚ ਬਣ ਗਈ ਹੈ ਅਤੇ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਕੋਈ ਵੀ ਨਹੀਂ ਹੋਈ? ਨਹੀਂ ਹੈ ਜੀ। ਜੀ 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 ਬਹੁਤ ਬਹੁਤ ਸ਼ੁਕਰੀਆ ਪ੍ਰੀਤਿੰਦਰ ਸਿੰਘ ਜੀ, DSP ਭਿੱਖੀਵਿੰਡ ਸਾਡੇ ਨਾਲ ਜੁੜੇ ਸੀਗੇ ਅਤੇ ਵੀਰੇ ਡਿਟੇਲ ਦੇ ਨਾਲ ਇਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹਾਲਾਂਕਿ ਇਹਨਾਂ ਦੇ ਵੱਲੋਂ ਕਹਿਣਾ ਹੈ ਕਿ ਜੋ ਸਿਚੁਏਸ਼ਨ ਹੈ ਹੁਣ ਅੰਡਰ ਕੰਟਰੋਲ ਹੈ, ਹਾਲਾਂਕਿ ਦੋਹਾਂ ਧਿਰਾਂ ਦੇ ਵੱਲੋਂ ਸਹਿਮਤੀ ਬਣ ਗਈ ਹੈ, ਪਰ ਵੱਡਾ ਸਵਾਲ ਯਾ ਨਿਸ਼ਾਨ ਇਹੋ ਜਿਹੀ ਸਿਚੁਏਸ਼ਨ ਉੱਥੇ ਇਰਪਟ ਹੋਈ ਸੀਗੀ। ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸੀਗਾ 26 ਜਨਵਰੀ, ਲੰਘੀ 26 ਜਨਵਰੀ ਸੀਗੀ ਜਦੋਂ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਤੰਬੂ ਲਗਾ ਕੇ ਟੈਂਟ ਲਗਾਇਆ ਗਿਆ ਸੀਗਾ, ਬੂਟ ਪੋਲਿਸ਼ ਉੱਤੇ ਕੀਤੇ ਜਾ ਰਹੇ ਸੀਗੇ, ਇਸ ਦਾ ਵਿਰੋਧ ਕੀਤਾ ਗਿਆ ਸੀਗਾ। ਇਸ ਦੇ ਵਿਚਾਲੇ ਉਹਨਾਂ ਦਾ ਕਹਿਣਾ ਹੈ ਕਿ ਆਹ ਪੂਰਾ ਮਾਮਲਾ ਉਦੋਂ ਹੀ ਭੜਕਿਆ ਸੀਗਾ। ਮੇਰੇ ਨਾਲ ਮੇਰੇ ਸਹਿਯੋਗੀ ਸਿਧਾਰਥ ਲਗਾਤਾਰ ਫੋਨਲਾਈਨ 'ਤੇ ਜੁੜੇ ਹੋਏ ਨੇ। ਸਿਧਾਰਥ, ਜਾਣਨਾ ਚਾਹਵਾਂਗੇ ਕਿ ਮੌਜੂਦਾ ਸਿਚੁਏਸ਼ਨ ਕੀ ਹੈ, ਕਿਉਂਕਿ ਸਾਡੇ ਨਾਲ ਹਾਲ ਹੀ 'ਚ ਪ੍ਰੀਤਿੰਦਰ ਸਿੰਘ DSP ਜੁੜੇ ਸੀਗੇ, ਉਹਨਾਂ ਦਾ ਕਹਿਣਾ ਸੀਗਾ ਕਿ ਦੋਹਾਂ ਧਿਰਾਂ ਦੇ ਵੱਲੋਂ ਸਹਿਮਤੀ ਬਣਾ ਲਈ ਗਈ ਹੈ, ਹੁਣ ਜੋ ਸਿਚੁਏਸ਼ਨ ਹੈ ਅੰਡਰ ਕੰਟਰੋਲ ਹੈ। ਬਿਲਕੁਲ, ਸਿਚੁਏਸ਼ਨ ਜਿਹੜੀ ਆ ਉਹਨਾਂ ਵੱਲੋਂ ਦੱਸਿਆ ਰਿਹਾ ਕਿ ਅੰਡਰ ਕੰਟਰੋਲ ਹੈ ਫਿਲਹਾਲ, ਜਿਹੜੀ ਆ ਦੋਵਾਂ ਧਿਰਾਂ ਵੱਲੋਂ ਆਪਸੀ ਜਿਹੜੀ ਆ ਸਹਿਮਤੀ ਬਣਾਈ ਗਈ ਆ। ਉੱਥੇ ਜੋ ਕੁਝ ਜਥੇਬੰਦੀ ਆਗੂ ਔਰ ਕੋਈ ਜਿਹੜੇ ਨੇ ਹੋਰ ਬੁੱਧੀਜੀਵੀ ਬੰਦੇ ਬਹਿ ਕੇ ਜਦੋਂ ਅਸੀਂ ਦੱਸਿਆ ਰਿਹਾ ਕਿ ਕੱਲ ਜਿਹੜੀ ਆ ਸਹਿਮਤੀ ਉੱਥੇ ਬਣਾ ਦਿੱਤੀ ਗਈ ਆ, ਫਿਲਹਾਲ ਸਿਚੁਏਸ਼ਨ ਜਿਹੜੀ ਆ ਅੰਡਰ ਕੰਟਰੋਲ ਜਿਹੜੀ ਆ ਦੱਸੀ ਜਾ ਰਹੀ ਹੈ। ਜੀ ਜੀ ਸਿਧਾਰਥ, ਡਿਟੇਲ ਨਾਲ ਤੁਹਾਡੇ ਤੋਂ ਆ ਵੀ ਜਾਣਨਾ ਚਾਹਾਂਗੇ ਕਿੰਨੀਆਂ ਸਿੱਖ ਜਥੇਬੰਦੀਆਂ ਸੀਗੀਆਂ, ਕਿਹੜੇ ਕਿਹੜੇ ਜੋ ਸਿੱਖ ਜਥੇਬੰਦੀਆਂ ਦੇ ਮੈਂਬਰਸ ਉਹਨਾਂ ਦੇ ਵੱਲੋਂ ਘਿਰਾਅ ਕੀਤਾ ਜਾ ਰਿਹਾ ਸੀਗਾ? ਫਿਲਹਾਲ ਜਥੇਬੰਦੀਆਂ ਜਿਹੜੀਆਂ ਸੀ ਕਾਫੀ ਜਥੇਬੰਦੀਆਂ ਸੀ ਔਰ ਕਈ ਨੌਜਵਾਨ ਜਿਹੜੇ ਸੀ ਉੱਥੇ ਇਕੱਠੇ ਹੋ ਗਏ ਸੀ, ਜਿਹਨਾਂ ਵੱਲੋਂ ਜਿਹੜਾ ਪਹਿਲਾਂ ਤੇ ਕੁਝ ਜਿਹੜੇ ਯੁਵਕ ਸੀ ਜਿਹੜੇ 26 ਜਨਵਰੀ ਵਾਲੇ ਦਿਨ ਉੱਥੇ ਇੱਕ ਤੰਬੂ ਲਗਾ ਕੇ ਬੈਠੇ ਸੀ ਔਰ ਬੂਟ ਪੋਲਿਸ਼ ਕੀਤੀ ਜਾ ਰਹੀ ਸੀ, ਉੱਥੇ ਫੋਟੋ ਲਗਾਈ ਗਈ ਸੀ। ਹਾਲਾਂਕਿ ਇਹ ਵੀਡੀਓ ਇੱਕ ਜਿਹੜੀ ਜ਼ਰੂਰ ਹੈ, ਦੋ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਨੇ, ਜਿਸ ਤੋਂ ਬਾਅਦ ਹੀ ਸਾਰਾ ਮਾਮਲਾ ਵਧਿਆ ਔਰ 27 ਤਰੀਕ ਤੋਂ ਪਹਿਲਾਂ ਤਾਂ ਉਸ ਟਾਈਮ 'ਤੇ ਜਿਹੜਾ ਕੁਛ ਨਹੀਂ ਹੋਇਆ, ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਚੱਲਦਾ ਪਿਆ ਸੀ ਉਦੋਂ ਜਿਹੜਾ ਉੱਥੇ ਗੋਬਿੰਦ ਗੁਰਦੁਆਰਾ ਸਾਹਿਬ ਦੇ ਵਿੱਚ, ਔਰ 27 ਤਰੀਕ ਨੂੰ ਸਾਰਾ ਇਹ ਜਿਹੜਾ ਮਾਮਲਾ ਵੱਧਦਾ, ਕਿਉਂਕਿ ਵੀਡੀਓ ਜਿਹੜੀਆਂ ਨੇ ਅਲੱਗ ਅਲੱਗ ਗਰੁੱਪਾਂ ਦੇ ਵਿੱਚ ਸੋਸ਼ਲ ਮੀਡੀਆ 'ਤੇ ਜਿਹੜੀਆਂ ਵਾਇਰਲ ਹੋ ਗਈਆਂ ਸੀ ਔਰ ਲਗਾਤਾਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਉੱਥੇ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਨੇ ਇਕੱਠੀਆਂ ਹੋਣੀਆਂ ਸ਼ੁਰੂ ਹੋਈਆਂ। ਪਹਿਲਾਂ ਮੰਗ ਪੱਤਰ ਪੁਲਿਸ ਨੂੰ ਵੀ ਦਿੱਤਾ ਗਿਆ ਔਰ ਕਈ ਬੰਦਿਆਂ ਨੂੰ ਜਿਹੜਾ ਉੱਥੇ ਮੰਗ ਪੱਤਰ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਸਾਰਾ ਜਦੋਂ ਕੱਲ੍ਹ ਉੱਥੇ ਗੁਰਦੁਆਰਾ ਦੀ ਕਮੇਟੀ ਕੋਲ ਜਦੋਂ ਕੋਈ ਉੱਥੇ ਬੰਦਾ ਪੁੱਛਦਾ ਹੈ ਤਾਂ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਉੱਥੇ ਵੱਧ ਜਾਂਦਾ ਹੈ ਔਰ ਉੱਥੇ ਕੁਝ ਸ਼ਰਾਰਤੀ ਦੱਸਿਆ ਰਿਹਾ ਕਿ ਬੰਦਿਆਂ ਵੱਲੋਂ ਜਿਹੜਾ ਉਸ ਗੱਡੀ ਦੇ ਉੱਪਰ ਵੀ ਔਰ SHO ਦੇ ਉੱਪਰ ਵੀ ਜਿਹੜਾ ਹਮਲਾ ਕੀਤਾ ਗਿਆ। ਜੀ ਸਿਧਾਰਥ, ਤੁਸੀਂ ਸਾਡੇ ਨਾਲ ਜੁੜੇ ਰਹੋ ਲਗਾਤਾਰ ਅਤੇ ਮੈਂ ਤੁਹਾਡਾ ਰੁੱਖ ਕਰਾਂਗੀ ਦੱਸ ਕੇ ਤਰਨ ਤਾਰਨ ਦੇ ਪਹੁਵਿੰਡ ਦਾ ਪੂਰਾ ਜੋ ਹੈ ਸਿਨੈਰੀ ਹੋਇਆ, ਜਿੱਥੇ ਕਿ ਪਹੁਵਿੰਡ 'ਚ ਗੁਰਦੁਆਰਾ ਸਾਹਿਬ ਦੇ ਬਾਹਰ ਖੂਨੀ ਟਕਰਾਅ ਹੋਇਆ, ਵੇਖਿਆ ਜਾ ਸਕਦਾ ਕਿ ਵੱਡੀ ਤਾਦਾਦ 'ਚ ਜੋ ਹੈ ਸਿੱਖ ਜਥੇਬੰਦੀਆਂ ਉੱਥੇ ਮੌਜੂਦ ਸੀਗੀਆਂ। ਹਾਲਾਂਕਿ ਜੋ ਕਮੇਟੀ ਮੈਂਬਰਸ ਦੇ ਵੱਲੋਂ ਮਨਾ ਕੀਤਾ ਗਿਆ ਸੀਗਾ, ਇਸ ਨੂੰ ਲੈ ਕੇ ਪੂਰੀ ਜੋ ਟਕਰਾਅ ਵਾਲੀ ਸਥਿਤੀ ਬਣੀ ਸੀਗੀ, ਵੱਡੀ ਤਾਦਾਦ ਸਿੱਖ ਜਥੇਬੰਦੀਆਂ ਦੇ ਆਗੂ ਉੱਥੇ ਨਜ਼ਰ ਆ ਰਹੇ ਹਨ, ਕਿ ਤਲਵਾਰਾਂ ਇਹਨਾਂ ਦੇ ਹੱਥਾਂ 'ਚ ਫੜੀਆਂ ਹੋਈਆਂ ਵੇਖੀਆਂ ਜਾ ਸਕਦੀਆਂ ਨੇ, ਗੱਡੀ ਨਜ਼ਰ ਆ ਰਹੀ ਹੈ, ਗੱਡੀ 'ਤੇ ਹਮਲਾ ਕਰਦੇ ਹੋਏ ਵੇਖੇ ਜਾ ਸਕਦੇ ਨੇ। ਇਸ ਦੇ ਵਿਚਾਲੇ ਜਿਸ ਕਿ ਮੇਰੇ ਸਹਿਯੋਗੀ ਜੁੜੇ ਸੀਗੇ, ਉਹਨਾਂ ਦਾ ਕਹਿਣਾ ਸੀਗਾ ਕਿ ਜੋ ਇਸ ਗੱਡੀ ਦੇ ਅੰਦਰ SHO ਪਲਵਿੰਦਰ ਸਿੰਘ ਮੌਜੂਦ ਸੀਗੇ, ਜੋ ਕਿ ਇਸ ਪੂਰੇ ਖੂਨੀ ਟਕਰਾਅ 'ਚ ਜ਼ਬਰਦਸਤ ਤਰੀਕੇ ਨਾਲ ਜ਼ਖਮੀ ਹੋਏ ਨੇ, ਅਤੇ ਕਮੇਟੀ ਮੈਂਬਰ ਵੀ ਅੰਦਰ ਹੀ ਮੌਜੂਦ ਸੀਗੇ, ਜਿਨ੍ਹਾਂ ਦੇ ਵੱਲੋਂ ਜੋ ਹੈ ਉਹਨਾਂ ਨੂੰ ਕਮੇਟੀ ਮੈਂਬਰਸ ਨੂੰ ਬਾਹਰ ਕੱਢਿਆ ਜਾ ਰਿਹਾ ਸੀਗਾ। ਇਸ ਦੇ ਵਿਚਾਲੇ ਸਿੱਖ ਜਥੇਬੰਦੀਆਂ ਉੱਥੇ ਇਕੱਠਾ ਹੋ ਜਾਂਦੇ ਨੇ ਅਤੇ ਜ਼ਬਰਦਸਤ ਅਟੈਕ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਵੇਖਿਆ ਜਾ ਸਕਦਾ ਹੈ। ਤਸਵੀਰਾਂ ਕੀ ਜ਼ਬਰਦਸਤੀ ਇਸ ਗੱਡੀ ਦੇ ਦਰਵਾਜ਼ੇ ਖੋਲ੍ਹਣ ਦੀ ਕੋਸ਼ਿਸ਼ ਜੋ ਹੈ ਕੀਤੀ ਜਾ ਰਹੀ। ਅਤੇ ਸਾਡੇ ਨਾਲ ਸਤਨਾਮ ਸਿੰਘ ਜੁੜੇ ਨੇ, ਸਿੱਖ ਜਥੇਬੰਦੀ ਦੇ ਆਗੂ ਜੋ ਕਿ ਘਟਨਾਵਲੀ ਸਥਾਨ 'ਤੇ ਉਸ ਵਕਤ ਮੌਜੂਦ ਸੀਗੇ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ 'ਤੇ। ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਹੋ ਜਿਹੀ ਸਿਚੁਏਸ਼ਨ ਕਿਉਂ ਆਈ ਜਿੱਥੇ ਕਿ ਸਿੱਖ ਜਥੇਬੰਦੀਆਂ ਅਤੇ ਕਮੇਟੀ ਮੈਂਬਰਾਂ ਦੇ ਵਿਚਾਲੇ ਟਕਰਾਵਲੀ ਸਥਿਤੀ ਬਣ ਗਈ? ਸਤਨਾਮ ਸਿੰਘ ਜੀ, ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਜੋ ਇਹ ਉੱਥੇ
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ ਨੂੰ ਲੈ ਕੇ ਉੱਥੇ ਜਿਹੜਾ ਵਾਦ ਵਾਦ ਹੋਇਆ ਹੈ ਉਹ ਅਸਲ ਦੇ ਵਿੱਚ ਇੱਕ ਦਿਨ ਪਹਿਲਾਂ ਵੀ ਹੋਇਆ ਸੀ, 27 ਤਰੀਕ ਵਾਲੇ ਦਿਨ ਉਦੋਂ ਵੀ ਉਹ ਉੱਥੇ ਕੋਈ ਸੇਵਾਦਾਰ ਨੇ ਜਿਹੜੇ ਜੋੜਿਆਂ ਦੀ ਸੇਵਾ ਕਰਦੇ ਨੇ ਤੇ ਬੜੀ ਨਿਸ਼ਕਾਮ ਸੇਵਾ ਕਰਦੇ ਆ, ਇਹ ਉਹਨਾਂ ਨੂੰ ਕਿਤੇ ਕਮੇਟੀ ਦੇ ਮੈਂਬਰ ਸਾਹਿਬ ਇਹਨਾਂ ਨੇ ਆ ਕੇ ਆਖਿਆ ਵੀ ਤੁਸੀਂ ਇੱਥੋਂ ਆਪਣਾ ਤੰਬੂ ਜਿਹੜਾ ਇਹ ਪਾਸੇ ਕਰ ਲਓ, ਤੇ ਉਹਨਾਂ ਕਿਹਾ ਜੀ ਅਸੀਂ ਤਾਂ ਮਤਲਬ ਇੱਥੇ ਨਿਸ਼ਕਾਮ ਸੇਵਾ ਕਰਦੇ ਹਾਂ। ਉਸ ਗੱਲ ਤੋਂ ਉੱਤੋਂ ਉੱਥੇ ਹੀ ਉਹਨਾਂ ਦੇ ਕਿਤੇ ਸੰਤਾਂ ਦੀ ਫੋਟੋ ਲਾਈ ਹੋਈ, ਉਸ ਗੱਲ ਤੋਂ ਥੋੜਾ ਬਹੁਤਾ ਵਾਦ ਵਿਵਾਦ ਹੋਇਆ ਤੇ ਉਦੋਂ ਮਗਰੋਂ ਪਤਾ ਲੱਗਾ ਵੀ ਭਾਈ ਮਨਜੀਤ ਸੋਹਰੀ ਆ ਗਏ ਜੋ ਮੈਂਬਰ ਸ਼੍ਰੋਮਣੀ ਕਮੇਟੀ ਦੇ, ਉਹਨਾਂ ਨੇ ਆ ਕੇ ਉਸ ਵਾਦ ਵਿਵਾਦ ਨੂੰ ਸੁਲਝਾ ਦਿੱਤਾ। ਉਹਨਾਂ ਕਿਹਾ ਵੀ ਕੋਈ ਗੱਲ ਨੀ, ਮਤਲਬ ਸੰਤਾਂ ਮਹਾਂਪੁਰਖਾਂ ਦੀ ਫੋਟੋ ਲੱਗਣੀ ਚਾਹੀਦੀ ਆ। ਉਦੋਂ ਅਗਲੇ ਦਿਨ ਫੇਰ ਜਿਹੜਾ ਹੈ ਉੱਥੇ ਮਤਲਬ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ, ਉਹਦੇ ਵਿੱਚ ਭਾਈ ਅਕਾਲ ਸੋਹਣੀ ਬਲੇਰ ਵਾਲੇ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਨੇ ਔਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ ਜੋ ਮੈਂਬਰ ਸ਼੍ਰੋਮਣੀ ਕਮੇਟੀ ਨੇ, ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਜੋ ਭਾਈ ਜਸਵੀਰ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੋ ਸਾਬਕਾ ਜਥੇਦਾਰ ਨੇ ਉਹਨਾਂ ਦਾ ਛੋਟਾ ਭਾਈ ਆ, ਉਹ ਵੀ ਦਰਸ਼ਨ ਮੇਲੇ ਕਰਨ ਵਾਸਤੇ ਉੱਥੇ ਆ ਗਏ। ਉੱਥੇ ਜਦੋਂ ਫੋਟੋ ਦੀ ਗੱਲ ਉਹਨਾਂ ਨੂੰ ਵੀ ਸਿੰਘਾਂ ਨੇ ਦੱਸੀ ਤੇ ਮਤਲਬ ਉਹਨਾਂ ਨੇ ਫੋਟੋ ਦੀ ਗੱਲ ਕੀਤੀ ਤੇ ਫੋਟੋ ਵੇਖਿਆ ਤੇ ਉੱਥੇ ਜਿਹੜੀ ਫੋਟੋ ਨਹੀਂ ਸੀ ਲੱਗੀ ਹੋਈ, ਇਸ ਕਰਕੇ ਉਹਨਾਂ ਨੇ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦਿੱਤਾ ਵੀ ਆਹ ਫੋਟੋ ਜਿਹੜੀ ਆ ਕਿਉਂਕਿ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ ਇੱਥੇ ਤਾਂ ਜੀ ਉਹਨਾਂ ਤੋਂ ਉਸ ਸਥਾਨ ਦੇ ਉੱਤੇ ਜਗ੍ਹਾ ਮਿਲੀ ਆ ਜਿੱਥੇ ਜਿੱਥੇ ਸੱਭੇ ਸਾਹਿਬ ਨਹੀਂ ਤੁੱਟ ਗਿਆ ਬੱਧੋ ਪੁਰਖ ਵਧਾਤੇ ਤਾਂ ਤੂੰ ਸੋਇਆ, ਉਹਨਾਂ ਨੂੰ ਤਾਂ ਬਹੁਤ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਥਾਨ, ਜਿੱਥੇ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦਾ ਸਥਾਨ ਆ, ਬਾਬਾ ਦੀਪ ਸਿੰਘ ਜੀ ਦਾ ਸਥਾਨ ਆ, ਨੰਬਰ 2 ਇਹ ਜਿਹੜਾ ਸਥਾਨ ਆ ਇਹ ਬਾਬਾ ਦੀਪ ਸਿੰਘ ਜੀ ਜੋ ਦਮਦਮੇ ਤੇ ਸਾਲ ਸਤਨਾਮ ਸਿੰਘ ਜੀ ਜਦੋਂ ਆ ਪੂਰੀ ਘਟਨਾ ਵਾਪਰ ਰਹੀ ਸੀਗੀ ਕੀ ਤੁਸੀਂ ਮੌਕੇ ਤੇ ਮੌਜੂਦ ਸੀਗੇ ਉੱਥੇ? ਨਹੀਂ ਮੈਂ ਬਾਅਦ ਵਿੱਚ ਗਿਆ ਜੀ, ਜਦੋਂ ਇਹ ਗੱਲ ਪ੍ਰਸ਼ਾਸਨ ਨਾਲ ਚੱਲੀ ਆ ਮੈਨੂੰ ਹਰਪਾਲ ਸਿੰਘ ਬਲੇਰ ਹੋਣਾ ਦਾ ਫੋਨ ਆਇਆ ਵੀ ਆਹ ਗੱਲ ਆ, ਮੈਂ ਉੱਥੋਂ ਮੈਂ ਇੱਧਰ ਇੱਕ ਆਪਣਾ ਇਹ ਦੁਸਹਿਰੇ ਦੇ ਭੋਗ ਉੱਤੇ ਸੀ ਤੇ ਮੈਂ ਉੱਥੇ ਉੱਥੇ ਗਿਆ ਤੇ ਉੱਥੇ ਜਦੋਂ ਗਿਆ ਤੇ ਪ੍ਰਸ਼ਾਸਨ ਨੇ ਇਹ ਗੱਲ ਅੱਜ ਦਾ ਟਾਈਮ ਦਿੱਤਾ ਜੀ ਜੀ ਕਿ ਅੱਜ 11 ਵਜੇ ਆਪਾਂ ਬੈਠ ਕੇ ਤੇ ਜਿਹੜੀ ਫੋਟੋ ਆ ਉਹ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸੁਸ਼ੋਭਿਤ ਕਰ ਦਿਆਂਗੇ ਤੇ ਇਸੇ ਸੰਬੰਧ ਵਿੱਚ ਮੈਨੂੰ ਹੁਣੇ 2 ਮਿੰਟ ਹੀ ਤੁਹਾਡੇ ਤੋਂ ਪਹਿਲਾਂ ਇੱਕ ਫੋਨ ਆਇਆ ਸਰਦਾਰ ਬਿਕਰਮਜੀਤ ਸਿੰਘ ਜੀ ਕੈਪਟਨ ਸਾਹਿਬ ਨੇ, ਉਹ ਵੀ ਉਸ ਪਰਿਵਾਰ ਨਾਲ ਸੰਬੰਧਿਤ ਆ ਤੇ ਉਹਨਾਂ ਨੇ ਇੱਕ ਲਿਖ ਕੇ ਵੀ ਆ ਮੇਰੇ ਮੋਬਾਈਲ ਤੇ ਤਾਂ ਆਇਆ, ਹੋਰ ਤੇ ਪਤਾ ਨੀ ਆਇਆ ਕਿ ਨਹੀਂ, ਉਹਨਾਂ ਨੇ ਲਿਖ ਕੇ ਪਾਇਆ ਵੀ ਇਸ ਸਥਾਨ ਦੀ ਜਿਹੜਾ ਨੀਂਹ ਪੱਥਰ ਉਹ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਰੱਖਿਆ ਸੀ, ਸਾਡਾ ਕਿਸੇ ਨਾਲ ਕੋਈ ਵਿਵਾਦ ਵਾਦ ਨਹੀਂ। ਉਹਨਾਂ ਮੈਨੂੰ ਇਹ ਵੀ ਕਿਹਾ ਵੀ ਤੁਸੀਂ ਭਾਈ ਜਸਵੀਰ ਸੋਹਣਾ ਤੋਂ ਸਾਨੂੰ ਟਾਈਮ ਲੈ ਕੇ ਦਿਓ ਤੇ ਅਸੀਂ ਉਹਨਾਂ ਨੂੰ ਮਿਲਣਾ, ਫੋਟੋ ਜਿਵੇਂ ਮਰਜ਼ੀ ਲੱਗੇ ਸਾਡੇ ਕੋਈ ਵਾਦ ਵਿਵਾਦ ਨਹੀਂ ਹੈ। ਜੋ ਫੋਟੋ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੁਸੀਂ ਚਾਹੁੰਦੇ ਹੋ ਕਿ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਸੁਸ਼ੋਭਿਤ ਕੀਤੀ ਜਾਏ? ਉਹ ਅੱਗੇ ਵੀ ਸੁਸ਼ੋਭਿਤ ਸੀ ਜੀ, ਇਹਨਾਂ ਨੇ ਥੋੜੀ ਜਿਹੀ ਕੰਟਰੋਵਰਸੀ ਕਰਕੇ ਕੱਲ ਜੋ ਕੁਛ ਹੋਇਆ ਪਰਸੋਂ ਮਤਲਬ ਉਹ ਸੁਸ਼ੋਭਿਤ ਹੋਣੀ ਚਾਹੀਦੀ ਹੈ ਕਿਉਂਕਿ ਗੁਰਦੁਆਰਾ ਹੀ ਬਾਬਾ ਦੀਪ ਸਿੰਘ ਜੀ ਤੇ ਸੰਤ ਜਰਨੈਲ ਸਿੰਘ ਵਿੱਚ ਕੋਈ ਫਰਕ ਨਹੀਂ ਜੀ, ਉਹ ਉਹਨਾਂ ਦੇ ਵਾਰਸ ਨੇ, ਸੰਤ ਜਰਨੈਲ ਸੋਹਣੀ ਵੀ ਟਕਸਾਲ ਦੇ ਮੁਖੀ ਨੇ ਤੇ ਬਾਬਾ ਦੀਪ ਸਿੰਘ ਜੀ ਵੀ ਟਕਸਾਲ ਦੇ ਮੁਖੀ ਨੇ। ਇਸ ਵਿੱਚ ਸਾਡੇ ਇਲਾਕੇ ਵਿੱਚ ਅਸੀਂ ਨੀ ਚਾਹੁੰਦੇ ਵੀ ਇਸ ਤਰ੍ਹਾਂ ਦਾ ਕੋਈ ਕੰਟਰੋਵਰਸੀ ਗੱਲ ਹੋਵੇ ਕਿਉਂਕਿ ਉਹ ਸੇਵਾ ਕਰ ਰਹੇ ਨੇ, ਆਪਣੀ ਸੇਵਾ ਕਰਨ ਔਰ ਫੋਟੋ
ਜਿਹੜੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦੀ, ਉਹ ਹਰ ਹਾਲਤ ਵਿੱਚ ਉਸ ਗੁਰਦੁਆਰਾ ਵਿੱਚ ਸੁਸ਼ੋਭਿਤ ਕਰਨੀ ਆ, ਔਰ ਉਹਨਾਂ ਦੀ ਵੀ ਸਹਿਮਤੀ ਆ ਵੀ ਕਰ ਲਓ। ਇਹ ਤਾਂ ਹੁੰਦਾ ਆਪਾਂ ਗੱਲ ਵਧਾ ਚੜਾ ਕੇ ਤਾਂ ਕਰੀਏ ਵੀ ਜੇ ਉਹ ਅੱਗੋਂ ਆਖਣ ਵੀ ਅਸੀਂ ਨਹੀਂ ਕਰਨ ਦੇ। ਅੱਜ 11 ਵਜੇ ਦਾ ਟਾਈਮ ਆ ਜੀ, ਉੱਥੇ ਪ੍ਰਸ਼ਾਸਨ ਦੇ ਨਾਲ ਉੱਥੇ ਬੈਠ ਕੇ ਸਾਰੀ ਗੱਲ ਕਰਕੇ ਗੁਰੂ ਬਖਸ਼ਿਸ਼ ਕਰੂਗਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਜਿਹੜੀ ਫੋਟੋ ਆ ਉਹ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਬਹੁਗੜ ਵਿਖੇ ਸੁਸ਼ੋਭਿਤ ਕਰ ਦਿੱਤੀ ਜਾਵੇ। ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਸਤਨਾਮ ਸਿੰਘ ਜੀ, ਸਿੱਖ ਜਥੇਬੰਦੀ ਦੇ ਆਗੂ ਸਾਡੇ ਨਾਲ ਜੁੜੇ ਸੀਗੇ, ਬਹੁਤ ਬਹੁਤ ਸ਼ੁਕਰੀਆ। ਅਤੇ ਤਰਨ ਤਾਰਨ ਦੇ ਪਹੁਵਿੰਡ 'ਚ ਆ ਜੋ ਪੂਰਾ ਹੈ ਖੂਨੀ ਟਕਰਾਅ ਹੋਇਆ ਸੀਗਾ, ਆ ਵੀਡੀਓ ਹੈ ਕੱਲ੍ਹ ਦੀ, ਸਿੱਖ ਜਥੇਬੰਦੀਆਂ ਅਤੇ ਮੇਲਾ ਪ੍ਰਬੰਧਕ ਦੇ ਵਿਚਾਲੇ ਟਕਰਾਅ ਹੋਇਆ ਹੈ, ਖੂਨ ਵਾਲੀ ਸਥਿਤੀ ਬਣ ਗਈ ਸੀ ਵਿਚਾਲੇ। DSP ਪਿੱਛੇ ਸਾਡੇ ਨਾਲ ਜੁੜੇ ਸੀਗੇ, ਉਹਨਾਂ ਦਾ ਕਹਿਣਾ ਸੀਗਾ ਕਿ ਹੁਣ ਜੋ ਸਿਚੁਏਸ਼ਨ ਹੈ ਅੰਡਰ ਕੰਟਰੋਲ ਹੈ, ਪਰ ਇਹੋ ਜਿਹੀਆਂ ਤਸਵੀਰਾਂ ਕਈ ਸਵਾਲੇ ਨਿਸ਼ਾਨ ਖੜ੍ਹੇ ਕਰਦੀਆਂ ਨੇ। ਵੇਖਿਆ ਜਾ ਸਕਦਾ ਹੈ ਕਿ ਗੱਡੀ ਨਜ਼ਰ ਆ ਰਹੀ ਹੈ, ਗੱਡੀ ਦੇ ਅੰਦਰ SHO ਮੌਜੂਦ ਨੇ ਪਰਮਿੰਦਰ ਸਿੰਘ, ਜੋ ਕਿ ਇਸ ਪੂਰੇ ਖੂਨੀ ਟਕਰਾਅ 'ਚ ਜ਼ਬਰਦਸਤ ਤਰੀਕੇ ਨਾਲ ਜ਼ਖਮੀ ਹੋਏ ਨੇ, ਅਤੇ ਅੰਦਰ ਕਮੇਟੀ ਦੇ ਮੈਂਬਰ ਵੀ ਮੌਜੂਦ ਨੇ, ਅਤੇ ਉਹਨਾਂ ਦੀ ਗੱਡੀ ਨੂੰ ਖੁਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਹਿ ਸਕਦੇ ਹਾਂ ਗੱਡੀ 'ਤੇ ਅਟੈਕ ਕੀਤਾ ਗਿਆ ਹੈ, ਹੱਥਾਂ 'ਚ ਤਲਵਾਰਾਂ ਫੜੀਆਂ ਗਈਆਂ ਨੇ, ਜਿਸ ਨੂੰ ਲੈ ਕੇ ਦੱਸਦੇ ਕਿ ਜੋ ਆ ਪੂਰੀ ਟਕਰਾਅ ਵਾਲੀ ਸਥਿਤੀ ਬਣ ਗਈ। ਓਹ